ਹੁਣ ਅੱਜ ਦੇ ਸਮੇਂ ਦੀ ਜੇ ਗੱਲ ਕਰੀਏ, ਮੈਂ ਗੁਸਤਾਖੀ ਪਹਿਲਾਂ ਮਾਫ਼ੀ ਮੰਗ ਲਵਾਂ, ਬੜਾ ਕੰਟਰੋਵਰਸ਼ਲ ਜਿਹਾ ਵਿਸ਼ਾ ਹੋ ਜਾਂਦਾ ਜਦੋਂ ਗੁਰਮਤ ਅਨੁਸਾਰ ਵੀ ਕਿਤੇ ਸਿਮਰਨ ਦੀ ਗੱਲ ਕਰੀਏ ਤੇ ਦੋ ਧੜੇ ਹੋ ਜਾਂਦੇ ਨੇ। ਇੱਕ ਕਹਿੰਦਾ ਜੀ ਆਹ ਗੱਲ ਜਿਹੜੀ ਤੁਸੀਂ ਕੀਤੀ ਹੈ ਸਹੀ ਹੈ, ਦੂਜੀ ਗਲਤ। ਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਮੇਰੀ ਔਕਾਤ ਇੱਕ ਚਿੱਠੀ ਦੇਣ ਵਾਲੇ ਤੋਂ ਵੱਧ ਨਹੀਂ, ਜਿਹੜਾ ਕਿਸੇ ਦਾ ਸੰਦੇਸ਼ਾ ਕਿਸੇ ਵਾਸਤੇ ਲੈ ਕੇ ਆਇਆ ਉਹਦੇ ਤੋਂ ਵੱਧ ਸੱਚੇ ਪਾਤਸ਼ਾਹ ਕਿਤੇ ਇਸ ਮਤ ਦੇ ਅੰਦਰ ਇਹ ਗੱਲ ਨਾ ਆ ਜਾਏ ਕਿ ਮੈਂ ਕਿਤੇ ਅਰਥ ਕਰਨ ਵਾਲਾ ਜਾਂ ਮੈਂ ਲੋਕਾਂ ਨੂੰ ਗੱਲ ਸਮਝਾਉਣ ਵਾਲਾ। ਉਸ ਸੰਦੇਸ਼ ਵਾਹਕ ਦੇ ਤੌਰ 'ਤੇ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ ਦੀ ਗੱਲ ਆਪ ਕਰਵਾ ਲਿਆ ਜੀ, ਕਿਰਪਾ ਕਰਿਆ ਜੀ ਇਸ ਗੱਲ ਤੋਂ ਬਚੇ ਰਹੀਏ। ਸਿਮਰਨ ਨੂੰ ਅੱਜ ਜਿਹੜਾ ਉਹ ਬਹੁਤਾਤ ਗਿਣਤੀ ਦੇ ਵਿੱਚ ਯੋਗ ਮਤ ਦਾ ਸਾਧਨ ਬਣਾ ਕੇ ਰੱਖ ਦਿੱਤਾ ਸਿੱਖ ਮਤ ਨੇ, ਜਦਕਿ ਸਿਮਰਨ ਗੁਰਬਾਣੀ ਅਨੁਸਾਰ ਪਰਮਾਤਮਾ ਦੀ ਯਾਦ ਜਿਹੜੀ ਹੈ ਉਹ ਯੋਗ ਮਤ ਨਹੀਂ, ਉਹ ਧਿਆਨ ਨੂੰ ਉੱਪਰ ਥੱਲੇ ਕਰਨ ਦੀ ਖੇਡ ਨਹੀਂ। ਗੁਸਤਾਖੀ ਮਾਫ਼ ਕਰਦੇ ਜੇ ਮੈਂ ਪਹਿਲਾਂ ਮਾਫ਼ੀ ਮੰਗੀ ਹੈ। ਅੱਜ ਬਲੈਕ ਬੋਰਡ ਦੇ ਉੱਤੇ ਨਕਸ਼ੇ ਬਣਾ ਬਣਾ ਕੇ ਤੇ ਸਿੱਖਾਂ ਨੂੰ ਸਿਮਰਨ ਕਰਨਾ ਸਿਖਾਇਆ ਜਾਂਦਾ, ਮਾਫ਼ ਕਰਦੇ ਆ ਜੇ। ਗੁਰਬਾਣੀ ਕਹਿੰਦੀ ਹੈ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਮਾਤਾ ਵੀ ਤੂੰ, ਪਿਤਾ ਵੀ ਤੂੰ, ਦੋਸਤ ਵੀ ਤੂੰ, ਭਰਾ ਵੀ ਤੂੰ, ਮੇਰਾ ਸਭ ਕੁਝ ਮਾਲਕਾ ਤੂੰ ਹੀ ਤੂੰ। ਹੁਣ ਆਪਣੇ ਪਿਤਾ ਨੂੰ ਪਿਆਰ ਕਰਨ ਵਾਸਤੇ, ਆਪਣੇ ਭਰਾ ਨੂੰ ਪਿਆਰ ਕਰਨ ਵਾਸਤੇ, ਧੀਆਂ ਪੁੱਤਰਾਂ ਨੂੰ ਪਿਆਰ ਕਰਨ ਵਾਸਤੇ ਕੀ ਕਦੀ ਜਾ ਕੇ ਕਿਸੇ ਕੋਲੋਂ ਟਿਊਸ਼ਨ ਲੈਣੀ ਪੈਂਦੀ ਹੈ ਜੀ ਕਿ ਮੈਂ ਪ੍ਰੇਮ ਕਰਨਾ ਤੇ ਮੈਂ ਕਿਵੇਂ ਕਰਾਂ? ਕੀ ਇਹ ਚੀਜ਼ ਸਿੱਖਣੀ ਪੈਂਦੀ ਹੈ? ਸਿੱਖਣ ਦੀ ਖੇਡ ਹੈ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਆਪਾਂ ਨਿਤਨੇਮ ਕਰਦੇ ਹਾਂ ਅੰਮ੍ਰਿਤ ਵੇਲੇ, ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਤੂੰ ਜਿੰਨੀਆਂ ਮਰਜ਼ੀ ਖੇਡਾਂ ਕਰੀ ਜਾ ਧਰਮ ਦੇ ਨਾਂ 'ਤੇ, ਤੈਨੂੰ ਇੱਕ ਚੀਜ਼ ਦੀ ਸਮਝ ਨਹੀਂ ਆਈ, ਇਸ ਵਾਸਤੇ ਸਾਰਾ ਕੁਝ ਨਿਫਲ ਹੈ। ਹਜ਼ੂਰ ਨੂੰ ਪੁੱਛੀਏ ਜੀ ਉਹ ਕਿਹੜੀ ਹੈ? ਕਹਿੰਦੇ ਉਹ ਇੰਨਾ ਹੀ ਤਤਸਾਰ ਹੈ ਕਿ ਜਿਨ ਪ੍ਰੇਮ ਕੀਓ ਤਿੰਨ ਹੀ ਭਰਾ ਪਾਇਓ। ਤੇਰੇ ਹਿਰਦੇ 'ਚ ਪਰਮਾਤਮਾ ਦਾ ਪ੍ਰੇਮ ਕੋਈ ਨਹੀਂ, ਤੇਰਾ ਪਿਆਰ ਉਸ ਮਾਲਕ ਨਾਲ ਪਿਆਰ ਨਹੀਂ, ਅਤੇ ਜੋ ਕੁਝ ਤੂੰ ਕਰ ਰਿਹਾ ਉਹ ਪਖੰਡ ਹੈ। ਜਿਹਦੇ ਨਾਲ ਪਿਆਰ ਹੁੰਦਾ ਨਾ ਗੁਰੂ ਸਵਾਰਿਓ, ਫਿਰ ਉਹਨੂੰ ਯਾਦ ਕਰਨ ਵਾਸਤੇ ਕੋਸ਼ਿਸ਼ ਨਹੀਂ ਜੇ ਕਰਨੀ ਪੈਂਦੀ। ਉਹ 24 ਘੰਟੇ ਸਾਸ ਗ੍ਰਾਸ ਚੇਤੇ ਰਹਿੰਦਾ। ਪੁੱਤਰ ਘਰੋਂ ਤਿਆਰ ਹੋ ਕੇ ਸਕੂਲ ਗਿਆ, ਕਾਲਜ ਗਿਆ, ਦੁਕਾਨ 'ਤੇ ਗਿਆ, ਕਿਤੇ ਵੀ ਗਿਆ, ਅਤੇ ਉਸ ਮਾਂ ਨੂੰ ਪੁੱਛੋ ਵੀ ਮਾਲਾ ਲੈ ਕੇ ਬੈਠੇਗੀ ਤਾਂ ਫਿਰ ਯਾਦ ਆਏਗਾ? ਕਿੱਦਾਂ ਯਾਦ ਕਰੇਗੀ ਉਹਨੂੰ? ਨਹੀਂ, ਜਦੋਂ ਪੁੱਤਰ ਘਰੋਂ ਨਿਕਲਿਆ ਉਹਦੇ ਤੋਂ ਲੈ ਕੇ ਜਿੰਨੇ ਵਜੇ ਉਹਨੇ ਵਾਪਸ ਆਉਣਾ ਨਾ, ਜਦੋਂ ਸਮਾਂ ਹੋ ਜਾਂਦਾ ਅਤੇ ਵਾਰ ਵਾਰ ਘੜੀ ਵੱਲ ਨਿਗਾਹ ਜਾਂਦੀ ਹੈ, ਉਹਦੇ ਵਾਸਤੇ ਖਾਣਾ ਬਣਾ ਕੇ ਰੱਖਦੀ ਹੈ ਮਾਂ, ਉਹਦੇ ਲੀੜੇ ਕੱਪੜੇ ਸਾਂਭਦੇ ਆ, ਉਹਨਾਂ ਕੱਪੜਿਆਂ ਦੇ ਵਿੱਚੋਂ ਵੀ ਖੁਸ਼ਬੂ ਆਉਂਦੀ ਹੈ, ਉਹਨਾਂ ਲੀੜਿਆਂ ਦੇ ਵਿੱਚੋਂ ਵੀ ਮਹਿਸੂਸ ਹੁੰਦਾ ਕਿ ਮੇਰਾ ਪੁੱਤਰ ਦੇ ਨੇ, ਬੜੇ ਪਿਆਰ ਨਾਲ ਸਾਂਭ ਸਾਂਭ ਰੱਖਦੀ ਹੈ। ਕੀ ਹੈ ਜੀ? ਇਹ ਪ੍ਰੇਮ ਹੈ, ਇਹ ਪ੍ਰੇਮਾ ਭਗਤੀ ਦਾ ਮਾਰਗ ਹੈ, ਯੋਗ ਮਤ ਦਾ ਨਹੀਂ। ਸਵਾਸ ਤਾਂ ਚੜ੍ਹਾ ਲੈਣੇ, ਥਾਂ ਲਾ ਲੈਣੇ, ਸਿੱਧੀਆਂ ਦੀ ਪ੍ਰਾਪਤੀ ਕਰ ਲੈਣੀ, ਇਸੇ ਕਰਕੇ ਹਜ਼ੂਰ ਨੇ ਕਿਹਾ ਸੀ ਰਿੱਧ ਸਿੱਧ ਅਵਰਾ ਸਾਧ, ਇਹ ਰਿੱਧੀਆਂ ਸਿੱਧੀਆਂ, ਇਹ ਖੇਡਾਂ, ਇਹ ਸਾਰਾ ਕੁਝ ਦੂਜੇ ਲੋਕਾਂ ਦੇ ਸਵਾਦ ਨੇ, ਇਹ ਸਾਡੇ ਧਰਮ ਦੀ ਗੱਲ ਨਹੀਂ, ਇਹ ਸਾਡੇ ਘਰ ਦੀ ਗੱਲ ਨਹੀਂ। ਇੱਥੇ ਹਜ਼ੂਰ ਅੱਜ ਦੇ ਬਚਨ 'ਚ ਸਾਨੂੰ ਇਹੀ ਸਮਝਾ ਰਹੇ ਨੇ ਕਿ ਖੱਟ ਦਾ ਅਰਥ ਹੈ 6 ਚੱਕਰ ਅਤੇ ਮੱਠ ਦਾ ਅਰਥ ਹੈ ਯੋਗੀਆਂ ਦਾ ਮੱਠ। ਅੱਜ ਵੀ ਹਿੰਦੁਸਤਾਨ ਦੀ ਧਰਤੀ 'ਤੇ ਮੱਠ ਮੌਜੂਦ ਨੇ। ਕਹਿੰਦੇ ਇਹ ਸਾਰਾ ਕੁਝ, ਇਹ 6 ਚੱਕਰ, ਇਹ ਧਿਆਨ ਲਾਉਣ ਦੀ ਵਿਧੀ, ਇਹ ਸਭ ਕੁਝ, ਕਹਿੰਦੇ ਮੇਰਾ ਮਨ ਮੇਰਾ ਸਰੀਰ ਹੀ ਬਣ ਗਿਆ ਹੁਣ ਮੱਠ, ਇਹ 6 ਚੱਕਰ ਮੇਰਾ ਮਨ ਹੀ ਬਣ ਗਿਆ, ਅਤੇ ਮਨ ਵੈਰਾਗੀ ਹੋ ਗਿਆ ਪਰਮਾਤਮਾ ਦੀ ਯਾਦ ਦੇ ਅੰਦਰ, ਉਹਨੂੰ ਮਿਲਣ ਦੀ ਤਾਂਗ ਦੇ ਅੰਦਰ, ਮਨ ਦੇ ਵਿੱਚ ਇੱਕ ਪਿਆਸ ਉੱਠੀ ਹੈ, ਇਹ ਸੁਰਤ ਹੁਣ ਉਹਨੂੰ ਮਿਲਣਾ ਚਾਹੁੰਦੀ ਹੈ ਜਿਹਦੇ ਨਾਲ ਉਹ ਵਿਛੜੀ ਹੈ, ਇਹ ਭੱਜ ਭੱਜ ਜਾਂਦੀ ਹੈ ਉਹਦੇ ਵੱਲ। ਪਾਣੀ ਜਿੱਥੇ ਕਿਤੇ ਧਰਤੀ 'ਤੇ ਰੋੜ ਦਿਓ ਇਹ ਨਿਵਾਨ ਨੂੰ ਭੱਜਦਾ ਹੈ। ਕਾਰਨ ਕੀ? ਇਹਦੀ ਮੰਜ਼ਿਲ ਹੈ ਸਮੁੰਦਰ, ਇਹਨੇ ਸਮੁੰਦਰ ਤੱਕ ਪਹੁੰਚਣਾ। ਅੱਗ ਜਦੋਂ ਵੀ ਬਾਲੋਂਗੇ ਉੱਪਰ ਨੂੰ ਉੱਠੇਗੀ, ਕਿਉਂਕਿ ਇਹਦਾ ਸਰੋਤ ਹੈ ਸੂਰਜ, ਇਹ ਸੂਰਜ ਤੱਕ ਪਹੁੰਚ ਜਾਣਾ ਚਾਹੁੰਦੀ ਹੈ, ਇਸ ਲਈ ਉੱਪਰ ਨੂੰ ਭੱਜਦੀ ਹੈ। ਹਰ ਚੀਜ਼ ਆਪਣੇ ਮੂਲ ਤੱਕ ਪਹੁੰਚਣਾ ਚਾਹੁੰਦੀ ਹੈ ਜਿੱਥੋਂ ਪੈਦਾ ਹੋਈ ਹੈ। ਇਸੇ ਤਰ੍ਹਾਂ ਅਸੀਂ ਜੀਵਨ 'ਚ ਪ੍ਰਾਪਤੀਆਂ ਕਰ ਲੈਂਦੇ ਹਾਂ, ਫਿਰ ਵੀ ਇੱਕ ਅਧੂਰਾਪਣ ਮਹਿਸੂਸ ਹੁੰਦਾ। ਜੀਵਨ 'ਚ ਬਹੁਤ ਜ਼ਿਆਦਾ ਧਨ ਦੌਲਤ ਇਕੱਤਰ ਕਰਨ ਤੋਂ ਬਾਅਦ ਵੀ ਜਿਨ੍ਹਾਂ ਨੇ ਢੇਰ ਲਾ ਦਿੱਤੇ ਦੌਲਤ ਦੇ, ਉਹਨਾਂ ਨੂੰ ਵੀ ਪੁੱਛਿਆ ਅਤੇ ਉਹ ਵੀ ਕਹਿੰਦੇ ਨੇ ਵੀ ਨਹੀਂ, ਅਜੇ ਤ੍ਰਿਪਤੀ ਨਹੀਂ ਹੋਈ,
ਕੁਝ ਅੰਦਰ ਖਾਲੀਪਣ ਮਹਿਸੂਸ ਹੁੰਦਾ। ਕੋਈ ਚੀਜ਼ ਮਿਲਦੀ ਹੈ ਬੜਾ ਚਾਅ ਚੜ੍ਹਦਾ, ਦੋ ਚਾਰ ਦਿਨ ਪੰਜ ਦਿਨ, ਉਹਦੇ ਬਾਅਦ ਫਿਰ ਇੱਕ ਨਿਰਾਸ਼ਤਾ ਆ ਜਾਂਦੀ ਹੈ, ਸਾਨੂੰ ਸਮਝ ਨਹੀਂ ਆਉਂਦੀ ਵੀ ਇਹ ਕਿਉਂ, ਫਿਰ ਅਸੀਂ ਕਿਸੇ ਦੂਜੀ ਚੀਜ਼ ਦੇ ਪਿੱਛੇ ਭੱਜਣ ਲੱਗ ਜਾਂਦੇ, ਸ਼ਾਇਦ ਉਹਦੀ ਪ੍ਰਾਪਤੀ ਨਾਲ ਮੈਂ ਤ੍ਰਿਪਤ ਹੋ ਜਾਵਾਂ, ਜਦਕਿ ਤ੍ਰਿਪਤੀ ਪ੍ਰਾਪਤ ਨਹੀਂ ਹੋਣੀ। ਇਹ ਜਿਹੜੀ ਭੁੱਖ ਹੈ ਨਾ ਹਿਰਦੇ ਦੀ, ਇਹ ਹੈ ਪਰਮਾਤਮਾ ਨੂੰ ਮਿਲਣ ਦੀ। ਇਸ ਆਤਮਾ ਦੇ ਅੰਦਰ ਜਿਹੜੀ ਭੁੱਖ ਹੈ ਉਹ ਹੈ ਉਸ ਆਪਣੇ ਮੂਲ ਤੱਕ ਪਹੁੰਚਣ ਦੀ। ਅਸੀਂ ਉਹਨੂੰ ਪਦਾਰਥਾਂ ਨਾਲ, ਅਸੀਂ ਉਹਨੂੰ ਚੀਜ਼ਾਂ ਨਾਲ, ਅਸੀਂ ਜੀਵਾਂ ਦੀ ਪ੍ਰਾਪਤੀ ਨਾਲ ਉਹਨੂੰ ਤ੍ਰਿਪਤ ਕਰਨਾ ਚਾਹੁੰਦੇ ਹਾਂ, ਹੁੰਦੀ ਨਹੀਂ। ਇਸੇ ਕਰਕੇ ਸਾਰੀ ਜ਼ਿੰਦਗੀ ਇਹ ਭੱਜ ਦੌੜ ਜਿਹੜੀ ਹੈ ਮੁੱਕਦੀ ਕੋਈ ਨਹੀਂ, ਅਤੇ ਇਨਸਾਨ ਨੂੰ ਸਮਝ ਨਹੀਂ ਆਉਂਦੀ ਵੀ ਇਹ ਪਿਆਸ ਮਿਟ ਕਿਉਂ ਨਹੀਂ ਰਹੀ, ਕਿਉਂਕਿ ਮਨ ਦੀ ਅਵਸਥਾ ਜਿਹੜੀ ਹੈ ਨਾ ਉਹ ਇੱਦਾਂ ਦੀ ਹੈ ਵੀ ਜਦੋਂ ਜਿੰਨਾ ਚਿਰ ਜਿਹੜੀ ਚੀਜ਼ ਨਹੀਂ ਮਿਲੀ ਉਹਦੇ 'ਚ ਬੜਾ ਰਸ, ਬੜਾ ਸਵਾਦ, ਉਹਨੂੰ ਪ੍ਰਾਪਤ ਕਰਨ 'ਚ ਜਿਹੜੀ ਕੋਸ਼ਿਸ਼ ਲੱਗਦੀ ਹੈ ਉਹਦੇ 'ਚ ਵੀ ਬੜਾ ਰਸ ਹੈ। ਜਦੋਂ ਉਹ ਪ੍ਰਾਪਤ ਹੋ ਜਾਂਦੀ ਹੈ ਫਿਰ ਉਹਦੇ 'ਚ ਰਸ ਖਤਮ ਹੋ ਜਾਂਦਾ, ਫਿਰ ਅਗਲੀ ਚੀਜ਼ ਦੀ ਪ੍ਰਾਪਤੀ ਪਿੱਛੇ ਲੱਗ ਜਾਂਦਾ, ਤ੍ਰਿਪਤੀ ਨਹੀਂ ਆਉਂਦੀ। ਤ੍ਰਿਪਤ ਨਾ ਆਵੇ ਮਾਇਆ ਪਾਤਸ਼ਾਹ ਭਾਵ ਦੀ ਅਵਸਥਾ ਬਣੀ ਰਹਿੰਦੀ ਹੈ। ਤ੍ਰਿਪਤੀ ਪ੍ਰਾਪਤ ਕਿਉਂ ਨਹੀਂ ਹੁੰਦੀ? ਕਿਉਂਕਿ ਪਰਮਾਤਮਾ ਨੂੰ ਪ੍ਰਾਪਤ ਕੀਤੇ ਬਿਨਾਂ ਤ੍ਰਿਪਤੀ ਪ੍ਰਾਪਤ ਨਹੀਂ ਹੋਣੀ, ਅਤੇ ਇਸ ਗੱਲ ਦੀ ਸਮਝ ਨਹੀਂ ਆਉਂਦੀ। ਹਜ਼ੂਰ ਕਹਿੰਦੇ ਮੇਰਾ ਮਨ ਬੈਰਾਗੀ ਹੋ ਗਿਆ, ਸਰੀਰ ਦਾ ਜਿਹੜਾ ਸਰੀਰ ਹੈ ਉਹੀ ਮੱਠ ਬਣ ਗਿਆ ਯੋਗੀਆਂ ਦਾ, ਅਤੇ ਕਹਿੰਦੇ ਇਸ ਬੈਰਾਗ ਦੀ ਅਵਸਥਾ ਦੇ ਕਰਕੇ ਹੁਣ ਸੁਰਤ ਸ਼ਬਦ ਧੁਨੀ ਅੰਤਰ ਜਾਗੀ। ਗੁਰੂ ਦੇ ਸ਼ਬਦ ਦੀ ਜਿਹੜੀ ਉਹ ਧੁਨੀ ਹੈ ਨਾ ਸੁਰਤ ਦਾ ਸ਼ਬਦ ਨਾਲ ਸੁਮੇਲ ਹੋਇਆ, ਹੁਣ ਸੁਰਤ ਗੁਰੂ ਦੇ ਸ਼ਬਦ 'ਚ ਜੁੜੀ ਰਹਿੰਦੀ ਹੈ, ਇਸ ਕਰਕੇ ਉਹ ਧੁਨੀ ਲਗਾਤਾਰ ਅੰਦਰ ਜਾ ਗਈ ਹੈ ਜਿਹੜੀ ਵੱਜਦੀ ਰਹਿੰਦੀ ਹੈ। ਵਾਜੈ ਅਨਹਦ ਮੇਰਾ ਮਨ ਲੀਨਾ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਉਹ ਜਿਹੜਾ ਸ਼ਬਦ ਅੰਦਰ ਵੱਜ ਰਿਹਾ ਲਗਾਤਾਰ, ਗੁਰੂ ਦਾ ਸ਼ਬਦ ਅੰਦਰ ਪ੍ਰਗਟ ਹੋ ਗਿਆ, ਉਹਦੇ 'ਚ ਮੇਰਾ ਮਨ ਲੀਨ ਹੋ ਗਿਆ। ਗੁਰਬਚਨੀ ਸੱਚ ਨਾਮ ਪਤੀਣਾ। ਪਤੀਣ ਦਾ ਅਰਥ ਹੁੰਦਾ ਜੀ ਗਿੱਝ ਜਾਣਾ। ਗੁਰੂ ਦੇ ਬਚਨ ਦੀ ਬਖਸ਼ਿਸ਼ ਨਾਲ, ਗੁਰੂ ਦੇ ਸ਼ਬਦ ਦੀ ਕਿਰਪਾ ਨਾਲ ਕਹਿੰਦੇ ਇਹ ਜਿਹੜਾ ਮਨ ਹੈ ਨਾ ਪਰਮਾਤਮਾ ਦੇ ਨਾਮ ਨਾਲ ਗਿੱਝ ਗਿਆ। ਪੰਜਾਬੀ ਦਾ ਅਰਥ ਹੈ ਗਿੱਝਣਾ, ਆਦਤ ਹੋ ਜਾਣੀ, ਸਾਡੀ ਸੋਚ ਸਾਡੇ ਕਰਮ ਬਣ ਜਾਂਦੇ ਨੇ, ਸਾਡੇ ਕਰਮ ਸਾਡੀ ਆਦਤ ਬਣ ਜਾਂਦੇ ਨੇ। ਇੱਕ ਦਿਨ ਪ੍ਰੈਕਟਿਸ ਮੇਕਸ ਮੈਨ ਪਰਫੈਕਟ, ਇਸੇ ਲਈ ਕਹਿੰਦੇ ਨੇ ਨਾ ਕਿ ਜੋ ਕੀਤਾ ਜਾ ਰਿਹਾ ਹੌਲੀ ਹੌਲੀ ਉਹ ਆਦਤ 'ਚ ਸ਼ਾਮਿਲ ਹੋ ਜਾਂਦਾ ਹੈ। ਪਹਿਲਾਂ ਕੋਸ਼ਿਸ਼ ਕਰਨੀ ਪੈਂਦੀ ਕਿਸੇ ਚੀਜ਼ ਨੂੰ ਸਿੱਖਣ ਵਾਸਤੇ, ਅਤੇ ਜਦੋਂ ਉਹ ਚੀਜ਼ ਆ ਜਾਂਦੀ ਹੈ ਉਦੋਂ ਫਿਰ ਉਹ ਆਦਤ 'ਚ ਸ਼ਾਮਿਲ ਹੋ ਜਾਂਦੀ, ਫਿਰ ਬਹੁਤਾ ਉਹਦੇ ਵਾਸਤੇ ਯਤਨ ਨਹੀਂ ਕਰਨਾ ਪੈਂਦਾ। ਬੰਦਗੀ ਦੀ ਸ਼ੁਰੂਆਤ, ਪਰਮਾਤਮਾ ਨੂੰ ਯਾਦ ਕਰਨ ਦੀ ਸ਼ੁਰੂਆਤ ਜਿਹੜੀ ਉਹ ਕੋਸ਼ਿਸ਼ ਨਾਲ ਕਰਨੀ ਪੈਂਦੀ ਹੈ। ਪਹਿਲਾਂ ਕੋਸ਼ਿਸ਼ ਕਰ ਕਰਕੇ ਇਸ ਮਨ ਨੂੰ ਟਿਕਾਉਣਾ ਪੈਂਦਾ, ਇਸ ਸਰੀਰ ਨੂੰ ਇੱਕ ਜਗ੍ਹਾ ਸਥਿਰ ਕਰਕੇ ਰੱਖਣਾ ਪੈਂਦਾ, ਫਿਰ ਇਸ ਸੁਰਤ ਨੂੰ ਗੁਰੂ ਮਹਾਰਾਜ ਦੇ ਸ਼ਬਦ ਨਾਲ ਜੋੜਨਾ ਪੈਂਦਾ, ਉਹ ਕੋਸ਼ਿਸ਼ ਨਾਲ ਹੁੰਦਾ। ਅਤੇ ਜਦੋਂ ਕੋਸ਼ਿਸ਼ ਕਰਦਿਆਂ ਕਰਦਿਆਂ ਅਵਸਥਾ ਇੱਥੋਂ ਤੱਕ ਪਹੁੰਚ ਜਾਂਦੀ ਹੈ ਕਿ ਲੀਨ ਹੋ ਜਾਂਦਾ ਨਾ ਸ਼ਬਦ ਦੇ ਵਿੱਚ, ਫਿਰ ਕੋਸ਼ਿਸ਼ ਖਤਮ ਹੋ ਜਾਂਦੀ ਹੈ, ਫਿਰ ਉਹ ਸਹਿਜਤਾ ਹੋ ਜਾਂਦੀ ਹੈ। ਉਹਨੂੰ ਕਹਿੰਦੇ ਨੇ ਨੈਚੁਰਲ, ਇੱਕ ਆਦਤ ਹੋ ਗਈ। ਜੇ ਸੌਖੀ ਕਰਕੇ ਗੱਲ ਸਮਝਣੀ ਚਾਹੀਏ ਤਾਂ ਡਰਾਈਵਿੰਗ ਜਦੋਂ ਸਿੱਖਦਾ ਬੰਦਾ ਨਵਾਂ ਨਵਾਂ, ਉਦੋਂ ਜਦੋਂ ਗੱਡੀ ਚਲਾਉਂਦਾ ਹਰ ਚੀਜ਼ ਦਾ ਧਿਆਨ ਰੱਖਦਾ ਵੀ ਹੁਣ ਮੈਂ ਕਲੱਚ ਦੱਬਣਾ, ਹੁਣ ਗੇਅਰ ਪਾਉਣਾ, ਹੁਣ ਰੇਸ ਦੇਣੀ, ਹਰ ਚੀਜ਼ ਦਾ ਖਿਆਲ ਰੱਖਦਾ। ਜਦੋਂ ਡਰਾਈਵਿੰਗ ਨੈਚੁਰਲ ਹੋ ਜਾਂਦੀ ਹੈ ਨਾ ਆਪਣੇ ਆਪ, ਫਿਰ ਉਹ ਗੱਲਾਂ ਵੀ ਕਰਦਾ, ਫਿਰ ਉਹ ਸਭ ਕੁਝ ਕਰਦਾ, ਅਤੇ ਗੱਡੀ ਆਪਣੇ ਆਪ ਚੱਲ ਰਹੀ ਹੈ। ਹੁਣ ਕੋਸ਼ਿਸ਼ ਖਤਮ ਹੋ ਗਈ, ਹੁਣ ਉਹ ਕਰਮਕਾਂਡ ਨਹੀਂ ਰਿਹਾ, ਹੁਣ ਨੈਚੁਰਲ ਹੋ ਗਿਆ। ਇਹਨੂੰ ਕਹਿੰਦੀ ਹੈ ਬਾਣੀ ਸਹਿਜ, ਹੁਣ ਸਹਿਜਤਾ ਦੇ ਵਿੱਚ ਬੈਠਾ ਅਤੇ ਪਰਮਾਤਮਾ ਯਾਦ ਹੈ। ਗੁਰਬਾਣੀ ਦੇ ਅਨੁਸਾਰ ਜਿਹੜਾ ਸਿਮਰਨ ਹੈ ਗੁਰੂ ਸਵਾਰਿਓ, ਪਰਮਾਤਮਾ ਦੀ ਜਿਹੜੀ ਯਾਦ ਹੈ ਉਹ ਹੈ ਨੈਚੁਰਲ ਤੌਰ 'ਤੇ 24 ਘੰਟੇ ਪਰਮਾਤਮਾ ਦਾ ਯਾਦ ਰਹਿਣਾ। ਹੁਣ ਜੇ ਯੋਗ ਮਤ ਵਾਲੇ ਸਿਮਰਨ ਦੀ ਗੱਲ ਕਰੀਏ ਵੀ ਰੀੜ ਦੀ ਹੱਡੀ ਸਿੱਧੀ ਰੱਖੋ, ਅੱਖਾਂ ਬੰਦ ਕਰੋ ਅਤੇ ਧਿਆਨ ਨੂੰ ਇੱਥੇ ਲਾਓ, ਇੱਥੇ ਲਾਓ ਕਿ ਧੁਨੀ 'ਚ ਲਾਓ, ਜਿੱਥੇ ਮਰਜ਼ੀ ਲਾਓ, ਗੁਰਬਾਣੀ ਕਹਿੰਦੀ ਹੈ ਸਾਸ ਗਿਰਾਸ ਸਿਮਰਨ, ਸਾਸ ਸਾਸ ਸਿਮਰੋ ਗੋਬਿੰਦ। ਹੁਣ ਸਵਾਸ ਸਵਾਸ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਇੱਕਦਮ ਵੀ ਬਿਰਥਾ ਨਹੀਂ ਜਾਣਾ ਚਾਹੀਦਾ। ਅਤੇ ਹੁਣ ਜਿਹੜਾ ਸੌ ਗਿਆ ਉਹਦੇ ਵਾਸਤੇ ਤਾਂ ਇਹ ਗੱਲ ਪੋਸੀਬਲ ਨਹੀਂ ਨਾ ਵੀ ਉਹ ਹੁਣ ਧਿਆਨ ਵੀ ਰੱਖੇ ਵੀ ਸਾਹ ਕਿੱਥੇ ਹੈ। ਇਹਦਾ ਮਤਲਬ ਫਿਰ ਜਿਹੜਾ ਬਾਣੀ ਦਾ ਸਿਮਰਨ ਹੈ ਉਹ ਯੋਗ ਮਤ ਦੇ ਸਿਮਰਨ ਨਾਲੋਂ, ਉਹ ਯੋਗ ਮਤ ਦੇ ਸਾਧਨਾ ਨਾਲੋਂ ਬਿਲਕੁਲ ਵੱਖਰਾ। ਗੁਰਬਾਣੀ ਕਹਿੰਦੀ ਹੈ ਮਾਰਗ ਚਲਤ ਹਰਿਆ ਹਰ ਗਾਈਐ, ਜਦੋਂ ਰਸਤੇ 'ਤੇ ਚੱਲਦਾ ਹੈ ਉਦੋਂ ਵੀ ਉਸ ਮਾਲਕ ਨੂੰ ਗਾਉਣਾ ਕਰ, ਉਹਦੇ ਗੁਣ ਗਾਇਆ ਕਰ, ਉਹਦੀ ਯਾਦ ਨਾਲ ਜੁੜਿਆ ਰਹਿ, ਰੋਟੀ ਖਾਂਦਿਆਂ ਵੀ, ਸੌਂਦਿਆਂ ਵੀ। ਅਤੇ ਫਿਰ ਇਹ ਯੋਗ ਸਾਧਨ ਤਾਂ ਉੱਥੇ ਕਾਮਯਾਬ ਨਹੀਂ ਨਾ। ਹੁਣ ਇੱਕ ਬੰਦਾ ਜਾ ਰਿਹਾ ਰਸਤੇ ਦੇ ਉੱਤੇ, ਉਹ ਅੱਖਾਂ ਮੀਟ ਕੇ ਧਿਆਨ ਲਾ ਕੇ ਤੁਰਿਆ ਜਾਵੇ ਤਾਂ ਕੀ ਉਹ ਆਪਣੀ ਮੰਜ਼ਿਲ ਤੱਕ ਪਹੁੰਚ ਸਕੇਗਾ?
ਅਸੀਂ ਕਹਾਂਗੇ ਨਹੀਂ।